ਕੈਨੇਡਾ ਚ ਕਬੱਡੀ ਖੇਡਣ ਗਏ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਅੱਜ ਉਸਦੇ ਪਿੰਡ ਮ੍ਰਿਤਕ ਦੇ ਪਹੁੰਚੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤੇ ਦੱਸਦੇ ਕਿ ਤਸਵੀਰਾਂ ਕਪੂਰਥਲਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕੈਨੇਡਾ ਵਿੱਚ ਪੰਜਾਬੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਵਾਸੀ ਸੰਘੋਵਾਲ ਜਿਸਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਜਾਂਦੀ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਲਾਸ਼ ਭਾਰਤ ਆਉਣ ਦੀ ਖਬਰ ਜਿਵੇਂ ਹੀ ਇਲਾਕੇ ਦੇ ਵਿੱਚ ਮਿਲਦੀ ਹੈ ਤਾਂ ਲੋਕਾਂ ਦੇ ਮਨਾਂ ਅੰਦਰ ਸੋਗ ਪਸਰ ਜਾਂਦਾ ਹੈ। ਇਹਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਪਿੰਡ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾਂਦੀ ਹੈ। ਦੂਰੋਂ ਨੇੜਿਓਂ ਪਹੁੰਚੇ ਕਬੱਡੀ ਪ੍ਰੇਮੀਆਂ ਤੇ ਸਕੇ ਸੰਬੰਧੀਆਂ ਵੱਲੋਂ ਤਲਵਿੰਦਰ ਸਿੰਘ ਦੀ ਮ੍ਰਿਤਕ ਸਰੀਰ ਦੇ ਅੰਤਿਮ ਦਰਸ਼ਨ ਕੀਤੇ ਗਏ, ਜਿਸ ਤੋਂ ਬਾਅਦ ਪਰਿਵਾਰ ਨੇ ਕੁਝ ਸਮਾਜਿਕ ਰੀਤੀ ਰਿਵਾਜਾਂ ਨਿਭਾਈਆਂ ਤੇ ਸਥਾਨਕ ਸ਼ਮਸ਼ਾਨ ਘਾਟ ਦੇ ਵਿੱਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ, ਜਿਨ੍ਹਾਂ ਦੀ ਚੀਕਾਂ ਨੂੰ ਅਗਨੀ ਉਹਨਾਂ ਦੇ ਪਿਤਾ ਵੱਲੋਂ ਨਮ ਅੱਖਾਂ ਨਾਲ ਦਿੱਤੀ ਗਈ। ਤਾਂ ਦੱਸ ਦਈਏ ਕਿ ਬਹੁਤ ਹੀ ਭਾਵੁਕ ਹੋਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ, ਜਿੱਥੇ ਪੰਜਾਬੀ ਕਬੱਡੀ ਖਿਡਾਰੀ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਸੀ। ਤਾਂ ਦੱਸ ਦਈਏ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਘੋਵਾਲ ਦੇ ਇੱਕ ਪਰਿਵਾਰ ਦੇ ਵਿੱਚ ਜਨਮੇ ਤਲਵਿੰਦਰ ਸਿੰਘ ਤਿੰਦਾ ਨਾਮਵਰ ਕਬੱਡੀ ਖਿਡਾਰੀ ਸੀ ਤੇ ਦੋ ਭੈਣਾਂ ਦੇ ਇੱਕ ਲੋਤੇ ਭਰਾ ਸੀ। ਉਹਨਾਂ ਦੇ ਪਿਤਾ ਪੇਸ਼ੇ ਵਜੋਂ ਡਰਾਈਵਰ ਸੀ। ਕਬੱਡੀ ਖੇਡਦੇ ਖੇਡਦੇ ਜਵਾਨ ਹੋਏ ਤਿੰਦਾ ਨੇ ਅਨੇਕਾਂ ਖੇਡ ਮੇਲਿਆਂ ਤੇ ਕਲੱਬਾਂ ਵਿੱਚ ਸਰੀਰਕ ਜੋਹਰ ਦਿਖਾਏ, ਜਿਸ ਦੀ ਵਜ੍ਹਾ ਤੇ ਉਸਨੂੰ ਜੂਨ ਮਹੀਨੇ ਕੈਨੇਡਾ ਜਾਣ ਦਾ ਮੌਕਾ ਮਿਲਿਆ, ਜਿੱਥੇ ਪਹੁੰਚ ਕੇ ਉਸਨੇ ਕਬੱਡੀ ਖੇਡਣ ਦੇ ਨਾਲ ਨਾਲ ਕੰਮ ਵੀ ਕੀਤਾ। ਪਰ ਦਸੰਬਰ ਮਹੀਨੇ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਉਸਦੀ ਮ੍ਰਿਤਕ ਦੇ ਪਿੰਡ ਪਹੁੰਚਦੀ ਹੈ ਤੇ ਸਮਾਜਿਕ ਰੀਤੀ ਰਿਵਾਜਾਂ ਨਾਲ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਬੇਟਾ ਤਲਵਿੰਦਰ ਸਿੰਘ ਤਿੰਦਾ, ਜੋ ਕਿ ਢਿਲਵਾਂ ਦੇ ਨਾਂ ਨਾਲ ਕਬੱਡੀ ਵਿੱਚ ਜਾਣਿਆ ਜਾਂਦਾ ਹੈ, ਮੇਰਾ ਇਕਲੌਤਾ ਬੱਚਾ ਸੀਗਾ। ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ। ਮੈਂ ਤਲਵਿੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਡਾਇਆ। ਮੈਂ ਬਹੁਤ ਕੁਛ ਖੋਇਆ ਕਬੱਡੀ ਦੇ ਵਿੱਚ। ਮੈਂ ਇਲਾਕਾ ਨਿਵਾਸੀਆਂ ਦੇ ਵਿਦੇਸ਼ੀ ਸੰਗਤਾਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਹ ਬੇਨਤੀ ਕਰਦਾ ਵੀ ਜਿੱਦਾਂ ਮੇਰੇ ਕੋ ਅੱਗੇ ਆਉਂਦੇ ਸੀਗੇ ਬਾਪੂ ਬਾਪੂ ਕਰਦੇ, ਉੱਦਾਂ ਮੇਰੇ ਕੋ ਆਉਣ, ਮੇਰਾ ਸਾਥ ਦੇ। ਦਿਮਾਗ ਦੀ ਨਾਲੀ ਤੇ ਕਹਿੰਦੇ ਆ ਜੀ, ਉਹ ਫਟੀ ਹੈ। ਮੈਂ ਇੱਕ ਪੇਸ਼ੇ ਤੋਂ ਡਰਾਈਵਰ ਹਾਂ ਜੀ। ਬਾਕੀ ਮੈਂ ਬੇਟੇ ਦੀ ਖਾਤਰ ਮੈਂ ਪਹਿਲਾਂ ਵੀ ਕਈ ਵਾਰੀ ਟੱਕਰਾਂ ਮਾਰੀਆਂ, 10 ਸਾਲ ਮੈਨੂੰ ਟੱਕਰਾਂ ਮਾਰਦੇ ਨੂੰ ਹੋਏ। ਬਾਹਰ ਦੀ ਜਿੱਦ ਨਹੀਂ, ਇਹਨੇ ਵੀ ਛੱਡੀ, ਕਹਿੰਦਾ ਡੈਡੀ ਜਾਣਾ ਹੀ ਜਾਣਾ ਵਾ। ਮੈਂ ਆਪਣਾ ਪ੍ਰਾਉਡੀ ਜਾੜ ਕੇ ਮੈਂ ਵੱਡਾ ਆਪਣਾ ਭੇਜਿਆ ਸੀਗਾ। ਮੈਂ ਇਹੋ ਕਹਿੰਦਾ ਆਪਣੇ ਇਲਾਕਾ ਨਿਵਾਸੀਆਂ ਨੂੰ ਵੀ ਮੈਨੂੰ ਤੁਹਾਡੀ ਮਦਦ ਦੀ ਲੋੜ ਆ। ਬਾਕੀ ਤੁਸੀਂ, ਮੈਂ ਇੱਕ ਡਰਾਈਵਰ ਹੈਗਾ, ਛੋਟੀ ਗੱਡੀ ਇੱਕ ਰੱਖੀ, ਉਹ ਮੇਰਾ ਰੁਜ਼ਗਾਰ ਹੈਗਾ ਵਾ। ਅਤੇ ਬਾਕੀ ਇਹਨਾਂ ਮੁੰਡਿਆਂ ਨੂੰ ਪੁੱਛੀ ਲਓ, ਉਹਨਾਂ ਇੱਕ ਲੌਤਾ ਬੇਟਾ ਸੀਗਾ ਜੀ ਮੇਰਾ, ਅਤੇ 5 ਮਹੀਨੇ ਇਹਨੂੰ ਗਏ ਨੂੰ ਹੋਏ ਸੀਗੇ ਜੀ। ਉੱਦਣ 5 ਮਹੀਨੇ 11 ਦਿਨ ਹੋਏ ਸੀਗੇ ਜੀ, ਜਿੱਦਣ ਇਹ ਮੁੰਡੇ ਦੀ ਡੈਥ ਹੋ ਜਾਂਦੀ ਹੈ ਜੀ।
ਹੈਗਾ ਤੁਹਾਡਾ ਤਾਂ ਸਾਥੀ ਖਿਡਾਰੀ ਵੀਰੇ, ਕਿਵੇਂ ਕੀ ਨੇਚਰ ਸੀਗਾ, ਕਿਵੇਂ ਗੇਮ ਦੇ ਨਾਲ ਪਿਆਰ ਸੀਗਾ? ਭਾਅ ਜੀ ਅਸੀਂ 2011 ਤੋਂ ਇਕੱਠੇ ਹੋਏ ਹਾਂ ਅਤੇ ਇਕੱਠੇ ਖੇਡੇ ਹਾਂ। 2013 'ਚ ਮੈਂ ਬਾਹਰ ਚਲ ਗਿਆ ਸੀਗਾ ਅਤੇ ਮਗਰੋਂ ਇਹ ਇਕੱਲਾ ਖੇਡਿਆ ਹੈ, ਮਤਲਬ ਨੈਸ਼ਨਲ ਪੱਧਰ 'ਤੇ ਖੇਡਿਆ। ਫਿਰ ਅਸੀਂ ਸਕੂਲ ਟਾਈਮ ਵੀ ਇਹ ਮੇਰੇ ਤੋਂ ਇੱਕ ਕਲਾਸ ਪਿੱਛੇ ਹੁੰਦਾ ਸੀਗਾ, ਸਰਕਾਰੀ ਸਕੂਲ ਅਸੀਂ ਢਲਮਾ ਪੜ੍ਹਦੇ ਹੁੰਦੇ ਸੀਗੇ, ਜਿੱਥੋਂ ਅਸੀਂ ਨੈਸ਼ਨਲ ਸਟਾਈਲ ਖੇਡੀ ਸੀਗੀ, ਚਰਨਜੀਤ ਕੋਚ ਸਾਡੇ ਹੁੰਦੇ ਸੀਗੇ, ਉਹਨਾਂ ਦੇ ਬਦੌਲਤ ਅਸੀਂ ਖੇਡੇ ਸੀਗੇ। ਅਤੇ ਬਾਅਦ 'ਚ ਫਿਰ ਇੱਦਾਂ ਹੀ ਇਹਨਾਂ ਨਾਲ ਪਿਆਰ ਪੈ ਗਿਆ, ਭਰਾ ਵਾਂਗੂ ਸੀਗਾ। ਅਤੇ ਬਾਅਦ 'ਚ ਫਿਰ ਮੈਂ ਬਾਹਰ ਚਲ ਗਿਆ ਸੀਗਾ ਅਤੇ ਮਤਲਬ ਮੈਚ ਖੇਡਿਆ, ਡੀਏਵੀ ਕਾਲਜ ਜਲੰਧਰਾਂ ਨੂੰ ਖੇਡਿਆ, ਚੜ੍ਹਦੀ ਕਲਾ ਨੂੰ ਖੇਡਿਆ। ਅਤੇ ਬਸ ਇੱਕੋ ਸੀਗਾ ਵੀ ਮੈਨੂੰ ਫੋਨ 'ਤੇ ਹੋਈ ਸੀਗੀ ਗੱਲ, ਸਾਡੇ ਜਿਹੜਾ ਟੂਰਨਾਮੈਂਟ ਹੁੰਦੇ ਆ ਅਤੇ ਫੋਨ 'ਤੇ ਗੱਲ ਹੋਈ ਸੀਗੀ ਮੇਰੀ, ਕਹਿੰਦਾ ਵੀ ਟੂਰਨਾਮੈਂਟ ਵਧੀਆ ਹੋ ਗਿਆ, ਕਹਿੰਦਾ ਹਾਂ। ਅਤੇ ਮੈਂ ਕਿਹਾ ਵੀ ਤੂੰ ਕਿੱਦਾਂ ਹੁਣ, ਕਹਿੰਦਾ ਮੈਂ ਮਿਹਨਤ ਕਰਦਾ ਹਾਂ ਅਤੇ ਮੈਂ ਕੱਪ ਖੇਡਣਾ ਹੋ ਗਿਆ ਉੱਧਰ। ਹਾਂਜੀ ਉੱਥੋਂ ਫੋਨ ਕਰਦੇ ਸੀਗੇ ਵੀ? ਹਾਂਜੀ ਗੱਲਬਾਤ ਹੁੰਦੀ ਸੀਗੀ, ਹਾਂਜੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਹੈ ਨਾ। ਅਤੇ ਬਾਕੀ ਉਹ ਐਤਕੀ ਵੀ ਕਹਿੰਦਾ ਮੈਂ ਤਿਆਰੀ ਕਰਨ ਡਿਆ ਹਾਂ ਅਤੇ ਖੇਡਣਾ ਐਤਕੀ, ਮੈਂ ਕਹਿੰਦਾ ਵੀ ਐਤਕੀ ਪੂਰੀ ਮਿਹਨਤ ਕਰਕੇ। ਅੱਛਾ, ਕਹਿੰਦੇ ਆਪਣੀ ਟੀਮ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਕਦੇ ਵੀ, ਕਈ ਵਾਰ ਮੌਕੇ ਮਿਲੇ ਪਰ ਕਹਿੰਦਾ ਮੈਂ ਸਾਥੀ ਖਿਡਾਰੀ ਨਹੀਂ ਛੱਡ ਕੇ ਜਾਣਾ? ਅਸੀਂ ਭਾਅ ਜੀ ਜਿੱਦਾਂ ਪਿੰਡ ਪੱਧਰ 'ਤੇ ਮੈਚ ਸੀਗੇ ਉਦੋਂ ਹੁੰਦੇ ਜ਼ਿਆਦਾ, ਅਤੇ ਅਸੀਂ ਸਾਰੇ ਪਿੰਡ ਵਾਰ ਸਾਰੇ ਅਸੀਂ 7-8 ਮੁੰਡੇ ਪਲੇਅਰ ਹੁੰਦੇ ਸੀਗੇ, ਉਹ ਵੀ ਸਾਰੇ ਚਲੋ ਬਾਹਰ ਆ ਹੁਣ, ਅਤੇ ਇਹ ਤਲਵਿੰਦਰ ਹੀ ਇਕੱਲਾ ਸੀਗਾ ਇੱਥੇ। ਅਤੇ ਇਹ ਵੀ ਕਹਿੰਦਾ ਸੀਗਾ ਵੀ ਮੈਂ ਹੁਣ ਬਾਹਰ ਦਾ ਦੇਖਣਾ ਆ ਵੀ ਕਬੱਡੀ 'ਚ। ਇੱਕ ਦੋ ਵਾਰ ਇਹਦੀ ਗੱਲ ਹੋਈ ਸੀਗੀ ਉਦੋਂ ਗੱਲਬਾਤ ਉਸੇ ਦਿਨ ਜਿਹੜੀ, ਅਤੇ ਫਿਰ ਇਹ ਕਹਿੰਦਾ ਵੀ ਮੈਂ ਮਤਲਬ ਛੱਡ ਦੇਣੀ, ਅਸੀਂ ਫਿਰ ਉਦੋਂ ਕਿਹਾ ਸੀਗਾ ਵੀ ਨਹੀਂ ਤੂੰ ਖੇਡ ਇੱਕ ਵਾਰ ਦੋ ਵਾਰ, ਫਿਰ ਖੇਡਿਆ ਵੀ ਵਧੀਆ ਖੇਡਿਆ, ਫਿਰ ਹੁਣ ਕਿ ਮਾਲਕ ਨੇ ਚਲੋ ਬਾਹਰ ਖੇਲਿਆ ਭੇਜਿਆ ਸੀਗਾ, ਪਰ ਆਹ ਭਾਣਾ ਜਿਹੜਾ ਵਰਤਣਾ ਸੀ ਇਹਦਾ ਸਾਨੂੰ ਪਤਾ ਵੀ ਮੈਂ ਬਹੁਤ ਭਾਜੀ ਬਹੁਤ ਵੱਡਾ ਘਾਟਾ ਗਿਆ ਇੱਥੇ, ਮਤਲਬ ਕਬੱਡੀ ਜਗਤ ਨੂੰ ਚਲੋ ਸਾਰਿਆਂ ਨੂੰ ਪਿਆ ਪਰ ਮਾਂ ਪਿਓ ਨੂੰ ਸਭ ਨੂੰ ਵੱਧ ਘਾਟਾ ਜਿਹੜਾ ਉਹ ਮਾਂ ਪਿਓ ਦਾ, ਉਹ ਕਦੀ ਪੂਰਾ ਨਹੀਂ ਹੋ ਸਕਦਾ। ਇਹ ਮੇਰਾ ਪਰਿਵਾਰ 'ਚੋਂ ਮੇਰਾ ਭਤੀਜਾ ਲੱਗਦਾ ਸੀ, ਅਤੇ ਇਹਨਾਂ ਦੇ ਬਾਪ ਹੈਗੇ ਇੱਥੇ ਰਹਿੰਦੇ, ਮਾਂ ਬਾਪ। ਇਹ ਕਬੱਡੀ ਖੇਲਣ ਵਾਸਤੇ ਉੱਥੇ ਪਹੁੰਚਿਆ ਸੀਗਾ। ਕਿਦੋਂ ਗਿਆ ਸੀ? 5 ਕੁ ਮਹੀਨੇ ਪਹਿਲਾਂ ਜਿੱਦਾਂ ਇਹ ਗਿਆ ਸੀਗਾ ਉੱਥੇ ਦੀ ਜਿਹੜੀ ਫੁਟੇਜ ਕਬੱਡੀ ਫੈਡਰੇਸ਼ਨ ਹੈਗੀ ਹੈ, ਸਾਰੀ ਤੋਂ ਹੈਗੇ ਨੇ ਉਹ ਆਪਣੇ ਜੀਵਨ ਕੁਲਵਿੰਦਰ ਹੁਣ, ਉਹਨਾਂ ਨੇ ਸਪੋਂਸਰ ਕੀਤਾ ਸੀ। ਅਤੇ ਉੱਥੇ ਫਿਰ ਸਾਡੇ ਕੋਲ ਆ ਗਿਆ ਸੀਗਾ ਥੋੜ੍ਹੇ ਚਿਰ ਬਾਅਦ, ਤਾਂ ਸਾਡੇ ਕੋਲ ਹੀ ਉੱਥੇ ਰਹਿੰਦਾ ਸੀਗਾ, ਉੱਥੇ ਹੀ ਇਹ ਜਿਹੜਾ ਆਪਣਾ ਹਾਰਟ ਅਟੈਕ ਵੀ ਜੋ ਵੀ ਹੋਇਆ ਉੱਥੇ ਹੀ ਹੋਇਆ, ਕੁਛ ਪਤਾ ਨਹੀਂ ਲੱਗਾ। ਮੁੰਡਾ ਸਾਡਾ ਦੇਖਣ ਗਿਆ ਕਿੱਦਾਂ ਰੋਟੀ ਪਾਣੀ, ਕਿੱਦਾਂ ਪੁੱਛਣ ਗਿਆ ਵੀ ਗਿਆ ਹੋਇਆ ਕਮਰਾ ਆਪਣੇ ਰੂਮ ਦੇ ਵਿੱਚ। ਉਹ ਜਦੋਂ ਰੂਮ ਦੇ ਵਿੱਚ ਗਿਆ ਤਾਂ ਉਦੋਂ ਇਹਦੀ ਮੌਤ ਹੋ ਚੁੱਕੀ ਸੀਗੀ। ਫਿਰ ਜਦੋਂ ਕੋ ਆਏ ਪੁਲਿਸ ਨੇ ਤਾਂ ਐਂਬੂਲੈਂਸ ਨੇ ਚੈੱਕ ਕੀਤਾ ਤਾਂ ਉਹ ਕਹਿੰਦੇ ਵੀ 3-4 ਘੰਟੇ ਪਹਿਲਾਂ ਹੀ ਇਹਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਨਾਲ। ਕੁਛ ਬਹੁਤ ਜ਼ਿਆਦਾ ਮਾੜਾ ਹੋਇਆ। ਬੱਚੇ ਦੀ ਲਾਸ਼ ਭਾਰਤ ਲਿਆਉਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਬਹੁਤ ਮੁਸ਼ਕਿਲਾਂ ਆਈਆਂ। ਉਹ ਇਸ ਤਰ੍ਹਾਂ ਸੀਗਾ ਕਿ ਜਦੋਂ ਇੱਦਾਂ ਹੋਇਆ, ਕੋਸ਼ਿਸ਼ ਕਰਦੇ ਸੀ ਵੀ ਵਾਪਸ ਲਿਆਉਣ ਦੀ ਅਤੇ ਇੰਡੀਆ ਵਿੱਚ ਬੋਡੀ, ਅਤੇ ਉੱਥੋਂ ਕੁਲਵਿੰਦਰ ਅਤੇ ਜੀਵਨ ਹੋਣੀ ਅਤੇ ਬਾਕੀ ਹੋਰ ਜਿਹੜੇ ਜਿੰਨੇ ਵੀ ਸਾਥੀ ਸੀਗੇ ਜਿਨ੍ਹਾਂ ਨੇ ਮਦਦ ਬਹੁਤ ਕੀਤੀ ਗੋਫੰਡ ਦੇ ਵਿੱਚ, ਅਤੇ ਬਾਕੀ ਜਿਹੜਾ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਵੀ ਇਸ ਚੀਜ਼ ਦੇ ਵਿੱਚ ਬਹੁਤ ਮਦਦ ਕੀਤੀ ਹੈ। ਸਾਰਾ ਕੁਛ ਹੋ ਚੁੱਕਾ ਸੀ, 5-7 ਦਿਨ ਥੋੜ੍ਹਾ ਜਿਹਾ ਲੇਟ ਇਸ ਕਰਕੇ ਹੋ ਗਿਆ ਕਿ ਇੱਥੇ ਸਾਡੇ ਨਗਰ ਤੋਂ ਹੀ ਦੋ ਮੁੰਡੇ ਜਰਮਨ ਰਹਿੰਦੇ ਆ, ਉਹਨਾਂ ਨੇ ਕਮੈਂਟ ਬਹੁਤ ਗਲਤ ਮਾਊਥ ਕਰ ਦਿੱਤੇ, ਉਹਦਾ ਕਾਰਨ ਕਰਕੇ ਥੋੜ੍ਹਾ ਡਿਲੇ ਹੋ ਗਈ, ਅਤੇ ਅਦਰਵਾਈਜ਼ ਸਾਰਾ ਕੁਛ ਠੀਕ ਹੋ ਗਿਆ। ਚਲੋ ਆਪਣੇ ਹੱਥਾਂ ਨਾਲ ਉਹਨਾਂ ਅੱਜ ਸੰਸਕਾਰ ਕੀਤਾ, ਉਹਨਾਂ ਨੂੰ ਥੋੜ੍ਹਾ ਸਕੂਨ ਮਿਲ ਗਿਆ, ਮਾਤਾ ਨੂੰ ਅਤੇ ਪਿਤਾ ਨੂੰ, ਭੈਣਾਂ ਨੂੰ। ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਈ, ਇਸ ਤੋਂ ਵੱਧ ਹੋਰ ਮਾੜਾ ਕੀ ਹੋ ਸਕਦਾ? ਕਿਸੇ ਕਬੱਡੀ ਫੈਡਰੇਸ਼ਨ ਨੇ ਜਾਂ ਕਲੱਬ ਨੇ ਪਰਿਵਾਰ ਨਾਲ ਹਮਦਰਦੀ ਕੀਤੀ ਹੋਵੇ ਜਾਂ ਮਾਲੀ ਮਦਦ ਦਾ ਭਰੋਸਾ ਦਵਾਇਆ ਹੋਵੇ? ਬਿਲਕੁਲ ਕੀਤੀ ਉਹਨਾਂ ਨੇ, ਜਿਹੜੀ ਕਬੱਡੀ ਫੈਡਰੇਸ਼ਨ ਸਰੀ ਤੁਹਾਨੂੰ ਜੀਵਨ ਅਤੇ ਕੁਲਵਿੰਦਰ ਹੋਣੀ ਆ, ਉਹਨਾਂ ਨੇ ਇਹ ਬਹੁਤ ਸਾਰਾ ਉਪਰਾਲੇ ਉਹਨਾਂ ਨੇ ਕੀਤਾ ਹੈਗਾ। ਬਾਕੀ ਵੀ ਜਿਹੜੇ ਸੱਜਣ ਜਿਹੜੇ
ਉਹਦੇ ਨੇੜੇ ਸੀਗਾ, ਉਹਨਾਂ ਨੇ ਸਾਰਿਆਂ ਨੇ ਜਿੰਨੀ ਜੋਗੇ ਸੀ ਸਾਰਿਆਂ ਨੇ ਮਦਦ ਕੀਤੀ। ਅਸੀਂ ਸਾਰੇ ਉਹਨਾਂ ਮੋਢੇ ਦਾ ਮੋਢਾ ਜੋੜ ਕੇ ਉਹਨਾਂ ਦੇ ਨਾਲ ਇਹ ਕੰਮ ਪਿੱਛੇ ਅਸੀਂ ਉਹਨਾਂ ਦੀ ਮਦਦ ਕੀਤੀ ਹੈ। ਔਰ ਇੱਦਾਂ ਹੈਗਾ, ਪਰਿਵਾਰ ਗਰੀਬ ਹੈ, ਇਹਨਾਂ ਦੀ ਵੀ ਜਿੰਨੀ ਹੋ ਸਕੇ ਅਸੀਂ ਵੀ, ਅਤੇ ਮੈਂ ਤਾਂ ਕਹਿੰਦਾ ਦੂਸਰੇ ਜਿੰਨੇ ਵੀ ਜਾਣ ਪਛਾਣ ਵਾਲੇ ਹੈਗੇ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰੋ। ਅਤੇ ਬਾਕੀ ਜਿਹੜੇ ਹੈਗੇ ਕਾਫੀ ਲੋਕ ਜਿਹੜੇ ਇਸ ਚਾਹੁੰਦੇ ਆ ਕਿ ਮਦਦ ਕਰਨਾ, ਉਹਨਾਂ ਨੇ ਸੰਪਰਕ ਕੀਤਾ। ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਕਿ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ। ਗਵਰਨਮੈਂਟ ਨੂੰ ਵੀ ਚਾਹੀਦਾ ਆ, ਗਵਰਨਮੈਂਟ ਦਾ ਇੱਥੇ ਕੋਈ ਨਹੀਂ, ਪੰਜਾਬ ਗਵਰਨਮੈਂਟ ਦਾ ਕੋਈ ਕੋਈ ਲਾਗੇ ਛਾਗੇ ਦਾ ਕੋਈ, ਕੀ ਤੁਹਾਨੂੰ ਦੱਸੀਏ ਕਿ ਕੋਈ ਬੰਦਾ ਉਹਨਾਂ ਦੇ ਘਰ ਵੀ ਨਹੀਂ ਗਿਆ। ਪਤਾ ਨਹੀਂ ਕੀ ਇਹ ਜੋ ਪੋਲੀਟੀਕਲ ਬੰਦੇ ਹੈਗੇ ਆਪਣੀ ਲੋੜ ਮੁਤਾਬਕ ਜਿੰਨਾ ਹੁੰਦਾ ਉੱਥੇ ਜਾਂਦੇ ਆ, ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਹੋਇਆ, ਕੁਛ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ। ਬਹੁਤ ਮਾੜੀ ਗੱਲ ਹੈ। ਚਲੋ ਜਿੰਨੀ ਯੋਗ ਹੈ ਅਸੀਂ ਹੈਗੇ ਹਾਂ ਨਗਰ ਦੇ ਆਪਣੇ ਜਿਹੜੇ ਸਾਡੇ ਲੋਕ ਆ, ਆਸ ਪਾਸ ਦੇ ਲੋਕ ਆ, ਬਾਕੀ ਫਾਊਂਡੇਸ਼ਨ ਉਹਨਾਂ ਨੇ ਬਹੁਤ ਹੈਲਪ ਕੀਤੀ। ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ।